ਸਤਿ ਸ਼੍ਰੀ ਅਕਾਲ ਦੋਸਤੋ। ਜੁਲਾਈ ਅਤੇ ਅਗਸਤ ਦਾ ਮਹੀਨਾ ਹਰ ਤਰ੍ਹਾਂ ਦੇ ਨਵੇਂ ਰੁੱਖ ਪੌਦੇ ਲਗਾਉਣ ਲਈ ਬਹੁਤ ਵਧੀਆ ਸਮਾਂ ਹੈ, ਕਿਉਂਕਿ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਕਰਕੇ ਨਵੇਂ ਪੌਦੇ ਛੇਤੀ ਹਰੇ ਹੋ ਜਾਂਦੇ ਹਨ। ਆਪਾਂ ਹਰ ਸਾਲ ਵੱਧ ਤੋਂ ਵੱਧ ਰੁੱਖ ਲਗਾਉਂਦੇ ਹਾਂ, ਪਰ ਕਈ ਵਾਰ ਰੁੱਖਾਂ ਅਤੇ ਫੁੱਲ ਬੂਟਿਆਂ ਦੀ ਜਾਣਕਾਰੀ ਨਾ ਹੋਣ ਕਰਕੇ ਜ਼ਿਆਦਾ ਵਧਣ ਵਾਲੇ ਵੱਡੇ ਰੁੱਖਾਂ ਨੂੰ ਅਸੀਂ ਤੰਗ ਥਾਵਾਂ 'ਤੇ ਜਾਂ ਫਿਰ ਪਿੰਡਾਂ ਸ਼ਹਿਰਾਂ ਵਿੱਚ ਸੜਕਾਂ ਕਿਨਾਰੇ ਜਿੱਥੋਂ ਦੀ ਬਿਜਲੀ ਵਾਲੀਆਂ ਤਾਰਾਂ ਲੰਘਦੀਆਂ ਹਨ ਉਹਨਾਂ ਹੇਠ ਲਗਾ ਦਿੰਦੇ ਹਾਂ, ਜਾਂ ਫਿਰ ਮਕਾਨਾਂ ਦੇ ਨੇੜੇ ਵੱਡੇ ਰੁੱਖ ਲਗਾ ਦਿੰਦੇ ਹਾਂ। ਇਹਨਾਂ ਥਾਵਾਂ 'ਤੇ ਲਗਾਏ ਵੱਡੇ ਰੁੱਖ ਕੁਝ ਸਾਲਾਂ ਬਾਅਦ ਨੁਕਸਾਨ ਕਰਨ ਲੱਗਦੇ ਹਨ ਜਾਂ ਫਿਰ ਵੱਧ ਕੇ ਬਿਜਲੀ ਦੀਆਂ ਤਾਰਾਂ ਨਾਲ ਲੱਗਣ ਲੱਗਦੇ ਹਨ, ਜੋ ਸਾਨੂੰ ਛਾਂਗਣੇ ਜਾਂ ਫਿਰ ਪੁੱਟਣੇ ਪੈਂਦੇ ਹਨ। ਇਸ ਲਈ ਅੱਜ ਦੀ ਵੀਡੀਓ ਵਿੱਚ ਤੁਹਾਨੂੰ 12 ਅਜਿਹੇ ਛੋਟੇ ਤੋਂ ਦਰਮਿਆਨੇ ਕੱਦ ਵਾਲੇ ਪੌਦਿਆਂ ਦੀ ਜਾਣਕਾਰੀ ਦੇਵਾਂਗੇ, ਜੋ ਅਜਿਹੀਆਂ ਤੰਗ ਥਾਵਾਂ 'ਤੇ ਲਗਾਉਣ ਲਈ ਬਹੁਤ ਢੁੱਕਵੇਂ ਹਨ। ਇਹਨਾਂ ਵਿੱਚ ਹਰ ਤਰ੍ਹਾਂ ਦੇ ਰਲਵੇਂ ਪੌਦੇ ਹਨ, ਜਿਵੇਂ ਕਿ ਸਜਾਵਟੀ, ਫਲਦਾਰ ਅਤੇ ਦਵਾਈਆਂ ਵਾਲੇ। ਸਾਰੇ ਪੌਦਿਆਂ ਦੇ ਨਾਮ ਅਤੇ ਉਹਨਾਂ ਦੀ ਪਹਿਚਾਣ ਲਈ ਸਾਰੀ ਵੀਡੀਓ ਧਿਆਨ ਨਾਲ ਦੇਖਿਓ, ਤਾਂ ਜੋ ਤੁਸੀਂ ਨਰਸਰੀ ਵਿੱਚ ਜਾ ਕੇ ਇਹਨਾਂ ਨੂੰ ਆਸਾਨੀ ਨਾਲ ਪਛਾਣ ਸਕੋ। ਛੋਟੇ ਕੱਦ ਵਾਲੇ ਪੌਦਿਆਂ ਵਿੱਚ ਪਹਿਲਾ ਪੌਦਾ ਹੈ ਹੌਪ ਬੁਸ਼। ਇਸ ਨੂੰ ਬਲੈਤੀ ਮਹਿੰਦੀ ਵੀ ਕਹਿੰਦੇ ਹਨ। ਇਹ ਇੱਕ ਸਾਰਾ ਸਾਲ ਹਰਾ ਰਹਿਣ ਵਾਲਾ ਇੱਕ ਬਹੁਤ ਵਧੀਆ ਸਜਾਵਟੀ ਝਾੜੀਨੁਮਾ ਪੌਦਾ ਹੈ। ਇਹ 3 ਤੋਂ 10 ਫੁੱਟ ਤੱਕ ਵੱਧ ਜਾਂਦਾ ਹੈ। ਇਸ ਨੂੰ ਕਟਿੰਗ ਕਰਕੇ ਛੋਟੇ ਆਕਾਰ ਦਾ ਰੱਖਿਆ ਜਾ ਸਕਦਾ ਹੈ। ਜ਼ਿਆਦਾਤਰ ਇਸ ਦੀ ਵਰਤੋਂ ਹੈਜ ਬਣਾਉਣ ਲਈ ਕੀਤੀ ਜਾਂਦੀ ਹੈ, ਜਿਸ ਨੂੰ ਆਪਾਂ ਪੌਦਿਆਂ ਦੀ ਦੀਵਾਰ ਕਹਿ ਸਕਦੇ ਹਾਂ, ਕਿਉਂਕਿ ਇਸ ਨੂੰ ਅਵਾਰਾ ਪਸ਼ੂ ਬਹੁਤ ਘੱਟ ਨੁਕਸਾਨ ਕਰਦੇ ਆ ਅਤੇ ਬੱਕਰੀਆਂ ਵੀ ਬਹੁਤ ਘੱਟ ਨੁਕਸਾਨ ਕਰਦੇ ਆ। ਇਸ ਨੂੰ ਅਸੀਂ ਖੁੱਲ੍ਹੇ ਥਾਂ ਵਿੱਚ ਕਿਤੇ ਵੀ ਲਗਾ ਸਕਦੇ ਹਾਂ। ਇਸ ਦੇ ਨਵੇਂ ਪੌਦੇ ਬੀਜ ਤੋਂ ਆਸਾਨੀ ਨਾਲ ਤਿਆਰ ਕੀਤੇ ਜਾ ਸਕਦੇ ਆ। ਇਸ ਦਾ ਬੀਜ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਇਸ ਦੇ ਪੌਦਿਆਂ ਤੋਂ ਇਕੱਠਾ ਕੀਤਾ ਜਾਂਦਾ ਹੈ। ਜਿਹੜੇ ਪੌਦੇ ਤੋਂ ਬੀਜ ਤਿਆਰ ਕਰਨਾ ਹੋਵੇ ਉਸਨੂੰ ਕਟਿੰਗ ਨਾ ਕਰੋ, ਉਸਨੂੰ ਖੁੱਲ੍ਹਾ ਵਧਣ ਦਿਓ, ਤਾਂ ਹੀ ਉਸ 'ਤੇ ਬੀਜ ਤਿਆਰ ਹੋਵੇਗਾ। ਅਤੇ ਇਹ ਪੌਦਾ ਬਹੁਤ ਢੁੱਕਵਾਂ ਹੈ ਤੰਗ ਥਾਵਾਂ ਵਾਸਤੇ, ਜਿੱਥੇ ਬਹੁਤ ਭੀੜੀਆਂ ਥਾਵਾਂ ਹਨ ਜਿਵੇਂ ਗਲੀਆਂ ਵਿੱਚ, ਜਾਂ ਫਿਰ ਜਿੱਥੇ ਸਿਰਫ ਹਰਿਆਲੀ ਲਈ ਪੌਦੇ ਲਗਾਉਣੇ ਹਨ ਜਿਵੇਂ ਬਿਜਲੀ ਦੀਆਂ ਤਾਰਾਂ ਹੇਠ, ਵੀ ਅਸੀਂ ਬੜੀ ਆਸਾਨੀ ਨਾਲ ਇਸ ਨੂੰ ਲਗਾ ਸਕਦੇ ਹਾਂ। ਸੋ ਅਜਿਹੇ ਛੋਟੇ ਕੱਦ ਵਾਲੇ ਪੌਦੇ ਵੱਧ ਤੋਂ ਵੱਧ ਲਗਾਓ, ਕਿਉਂਕਿ ਇਹਨਾਂ ਦਾ ਪਸ਼ੂ ਵੀ ਨੁਕਸਾਨ ਘੱਟ ਕਰਦੇ ਆ ਅਤੇ ਇਹ ਬਹੁਤ ਜ਼ਿਆਦਾ ਸੋਕਾ ਵੀ ਸਹਾਰ ਸਕਦਾ, ਬਿਲਕੁਲ ਨਾ ਮਾਤਰ ਪਾਣੀ ਦੀ ਇਸ ਨੂੰ ਲੋੜ ਹੁੰਦੀ ਹੈ। ਕਰੌਂਦੇ ਦਾ ਪੌਦਾ ਸਾਰਾ ਸਾਲ ਹਰਾ ਰਹਿਣ ਵਾਲਾ ਇੱਕ ਕੰਡਿਆਲੀ ਝਾੜੀਨੁਮਾ ਫਲਦਾਰ ਪੌਦਾ ਹੈ। ਇਸ ਨੂੰ ਖੇਤਾਂ ਜਾਂ ਬਾਗਾਂ ਵਿੱਚ ਬਾਹਰੀ ਬਾੜ ਦੇ ਤੌਰ 'ਤੇ ਲਗਾਇਆ ਜਾਂਦਾ ਹੈ। ਇਹ ਖੇਤ ਦੀ ਰਾਖੀ ਵੀ ਕਰਦਾ ਹੈ ਅਤੇ ਇਸ ਤੋਂ ਫਲ ਵੀ ਪ੍ਰਾਪਤ ਕੀਤਾ ਜਾਂਦਾ ਹੈ। ਇਸ ਦੇ ਫਲ ਦੀ ਵਰਤੋਂ ਕਾਫੀ ਥਾਵਾਂ 'ਤੇ ਕੀਤੀ ਜਾਂਦੀ ਹੈ। ਇਸ ਤੋਂ ਜੂਸ, ਚਟਨੀਆਂ, ਮੁਰੱਬੇ ਬਣਾਏ ਜਾਂਦੇ ਹਨ। ਇਸ ਦਾ ਫਲ ਬਹੁਤ ਗੁਣਕਾਰੀ ਹੈ। ਫਲ ਦਾ ਮੁਰੱਬਾ ਖਾਣ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ। ਇਹ ਦਿਲ ਅਤੇ ਦਿਮਾਗ ਨੂੰ ਤੰਦਰੁਸਤ ਰੱਖਦਾ ਹੈ ਅਤੇ ਵਜਨ ਨੂੰ ਘਟਾਉਂਦਾ ਹੈ। ਇਸ ਦੇ ਪੱਕੇ ਫਲ ਦਾ ਚੂਰਨ ਖਾਣ ਨਾਲ ਪਿੱਤ ਅਤੇ ਕਫ ਦੇ ਰੋਗ ਠੀਕ ਹੁੰਦੇ ਹਨ। ਇਸ ਦਾ ਫਲ ਸੁਪਰ ਫੂਡ ਫਲਾਂ ਵਿੱਚ ਗਿਣਿਆ ਜਾਂਦਾ ਹੈ। ਫਲ ਦੀ ਤਸੀਰ ਗਰਮ ਹੁੰਦੀ ਹੈ ਅਤੇ ਇਸ ਦਾ ਪੌਦਾ ਸਾਰਾ ਸਾਲ ਹਰਾ ਰਹਿਣ ਕਰਕੇ ਇਸ ਨੂੰ ਅਸੀਂ ਇੱਕ ਸਜਾਵਟੀ ਪੌਦੇ ਦੇ ਤੌਰ 'ਤੇ ਵੀ ਲਗਾ ਸਕਦੇ ਹਾਂ। ਇਸ ਨੂੰ ਹੈਜ ਪਲਾਂਟ ਦੇ ਤੌਰ 'ਤੇ ਵੀ ਲਗਾ ਸਕਦੇ ਹਾਂ, ਕਟਿੰਗ ਕਰਕੇ ਇਸ ਨੂੰ ਛੋਟਾ ਰੱਖ ਸਕਦੇ ਹਾਂ। ਵੈਸੇ ਇਸ ਦਾ ਕੱਦ 10 ਫੁੱਟ ਤੱਕ ਹੋ ਜਾਂਦਾ ਹੈ। ਇਹ ਇੱਕ ਬਹੁਤ ਹੀ ਸਖਤ ਜਾਣ ਪੌਦਾ ਹੈ, ਜਿਸ ਦੇ ਜਦੋਂ ਫਲ ਲੱਗਦੇ ਹਨ ਤਾਂ ਬਹੁਤ ਹੀ ਖੂਬਸੂਰਤ ਲੱਗਦਾ ਹੈ। ਇਸ ਨੂੰ ਅਸੀਂ ਬੀਜ ਤੋਂ ਜਾਂ ਫਿਰ ਕਲਮ ਤੋਂ ਅੱਗੇ ਨਵੇਂ ਪੌਦੇ ਤਿਆਰ ਕਰ ਸਕਦੇ ਹਾਂ। ਜਿਸ ਥਾਂ 'ਤੇ ਪਾਣੀ ਦੀ ਘਾਟ ਹੋਵੇ ਜਾਂ ਫਿਰ ਹੋਰ ਪੌਦੇ ਨਾ ਚੱਲਦੇ ਹੋਣ, ਇਸ ਨੂੰ ਅਸੀਂ ਲਗਾ ਸਕਦੇ ਹਾਂ। ਇਹ ਇੱਕ ਬਹੁਤ ਹੀ ਸਖਤ ਜਾਣ ਪੌਦਾ ਹੈ। ਜੂਨ ਜੁਲਾਈ ਵਿੱਚ ਜਦੋਂ ਇਸ ਦੇ ਫਲ ਆਉਂਦਾ ਹੈ ਤਾਂ ਬਹੁਤ ਸੁੰਦਰ ਲੱਗਦਾ ਹੈ। ਇਸ ਨੂੰ ਅਸੀਂ ਇੱਕ ਸਜਾਵਟੀ ਪੌਦੇ ਦੇ ਤੌਰ 'ਤੇ ਲਗਾ ਸਕਦੇ ਹਾਂ। ਇਸ ਦੇ ਪੌਦੇ ਨਰਸਰੀ ਤੋਂ ਖਰੀਦੇ ਜਾ ਸਕਦੇ ਹਨ, ਜਾਂ ਫਿਰ ਜੇਕਰ ਤੁਹਾਡੇ ਨੇੜੇ ਕਿਤੇ ਇਹ ਪੌਦਾ ਲੱਗਿਆ ਹੈ ਤਾਂ ਉਸ ਦੇ ਬੀਜ ਤੋਂ ਜਾਂ ਫਿਰ ਕਲਮ ਤੋਂ ਨਵੇਂ ਪੌਦੇ ਖੁਦ ਵੀ ਤਿਆਰ ਕਰ ਸਕਦੇ ਹੋ। ਇਸ ਨੂੰ ਵੀ ਅਸੀਂ ਇੱਕ ਸਜਾਵਟੀ ਪੌਦੇ ਤੌਰ 'ਤੇ ਲਗਾ ਸਕਦੇ ਹਾਂ। ਅਗਲਾ ਪੌਦਾ ਦੇਸੀ ਮਹਿੰਦੀ ਦਾ ਹੈ। ਇਸ ਨੂੰ ਹਿਣਾ ਵੀ ਕਹਿੰਦੇ ਹਨ। ਇਹ ਇੱਕ ਛੋਟੇ ਕੱਦ ਵਾਲਾ ਬਹੁਤ ਹੀ ਸਖਤ ਜਾਣ, ਘੱਟ ਪਾਣੀ ਅਤੇ ਘੱਟ ਸਾਂਭ ਸੰਭਾਲ ਨਾਲ ਛੇਤੀ ਤਿਆਰ ਹੋਣ ਵਾਲਾ ਪਤਝੜੀ ਪੌਦਾ ਹੈ। ਇਸ ਨੂੰ ਅਸੀਂ ਤੰਗ ਥਾਵਾਂ 'ਤੇ ਪਾਰਕਾਂ ਵਿੱਚ ਲਗਾ ਸਕਦੇ ਹਾਂ। ਜਦੋਂ ਇਸ ਦੇ ਫੁੱਲ ਆਉਂਦੇ ਹਨ ਤਾਂ ਉਹਨਾਂ ਵਿੱਚੋਂ ਬਹੁਤ ਵਧੀਆ ਸੁਗੰਧ ਆਉਂਦੀ ਹੈ। ਸਜਾਵਟੀ ਅਤੇ ਸੁਗੰਧੀ ਦੇਣ ਦੇ ਨਾਲ ਨਾਲ ਇਹ ਹੋਰ ਵੀ ਬਹੁਤ ਸਾਰੇ ਕੰਮ ਆਉਂਦਾ ਹੈ। ਇਸ ਦੇ ਪੱਤਿਆਂ ਦੀ ਵਰਤੋਂ ਮਹਿੰਦੀ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਸ ਦੇ ਪੱਤਿਆਂ ਨੂੰ ਸੁਕਾ ਕੇ ਉਹਨਾਂ ਦਾ ਪਾਊਡਰ ਬਣਾ ਕੇ ਉਹ ਹੱਥ ਰੰਗਣ ਲਈ ਮਹਿੰਦੀ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ, ਅਤੇ ਹਰੇ ਪੱਤਿਆਂ ਨੂੰ ਪੀਸ ਕੇ ਵੀ ਉਸ ਤੋਂ ਇਹੀ ਹੱਥ ਰੰਗਣ ਵਾਲਾ ਕੰਮ ਲਿਆ ਜਾ ਸਕਦਾ ਹੈ, ਅਤੇ ਨਾਲ ਹੀ ਦਵਾਈਆਂ ਵਿੱਚ ਵੀ ਇਹ ਵਰਤਿਆ ਜਾਂਦਾ ਹੈ। ਜ਼ਿਆਦਾ ਗਰਮੀ ਦੇ ਦਿਨਾਂ ਵਿੱਚ ਜਦੋਂ ਪੈਰਾਂ ਦੀਆਂ ਤਲੀਆਂ ਵਿੱਚ ਜਲਨ ਹੁੰਦੀ ਹੈ ਤਾਂ ਇਸ ਦੇ ਪੱਤਿਆਂ ਨੂੰ ਪੀਸ ਕੇ ਪੈਰਾਂ ਦੀਆਂ ਤਲੀਆਂ 'ਤੇ ਲੇਪ ਲਗਾਇਆ ਜਾਂਦਾ ਹੈ, ਅਤੇ ਸਰੀਰ ਦੀ ਗਰਮੀ ਦੂਰ ਕਰਨ ਵਾਸਤੇ ਅਤੇ ਲੀਵਰ ਨੂੰ ਠੰਡਕ ਦੇਣ ਵਾਸਤੇ ਇਸ ਦੇ ਪੱਤਿਆਂ ਨੂੰ ਰਾਤ ਨੂੰ ਭਿਉਂ ਕੇ ਸਵੇਰੇ ਮਲ ਕੇ ਪੀਣ ਨਾਲ ਵੀ
ਲੀਵਰ ਵਿੱਚ ਠੰਡਕ ਆਉਂਦੀ ਹੈ ਅਤੇ ਗਰਮੀ ਦੂਰ ਹੁੰਦੀ ਹੈ। ਇਸ ਦੇ ਸੱਕ ਅਤੇ ਪੱਤਿਆਂ ਦੀ ਵਰਤੋਂ ਹੋਰ ਵੀ ਬਹੁਤ ਸਾਰੀਆਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ। ਇਸ ਨੂੰ ਅਸੀਂ ਬੀਜ ਅਤੇ ਕਲਮ ਤੋਂ ਬੜੀ ਆਸਾਨੀ ਨਾਲ ਲਗਾ ਸਕਦੇ ਹਾਂ। ਇਸ ਪੌਦੇ ਦਾ ਨਾਮ ਅੜੂਸਾ ਹੈ। ਅੜੂਸਾ ਇੱਕ ਝਾੜੀਨੁਮਾ ਸਜਾਵਟੀ ਅਤੇ ਦਵਾਈਆਂ ਵਾਲਾ ਪੌਦਾ ਹੈ ਜੋ ਕਿ ਪੂਰੇ ਭਾਰਤ ਵਿੱਚ ਮਿਲਦਾ ਹੈ। ਇਹ 4 ਤੋਂ 8 ਫੁੱਟ ਤੱਕ ਕੱਦ ਕਰ ਲੈਂਦਾ ਹੈ ਅਤੇ ਬਹੁਤ ਹੀ ਘੱਟ ਸਾਂਭ ਸੰਭਾਲ ਅਤੇ ਘੱਟ ਪਾਣੀ ਨਾਲ ਬਹੁਤ ਛੇਤੀ ਵੱਧਦਾ ਹੈ। ਇਸ ਦੇ ਪੱਤਿਆਂ ਦੇ ਕਾੜੇ ਦੀ ਵਰਤੋਂ ਖੰਘ, ਜ਼ੁਕਾਮ, ਠੰਡ, ਐਲਰਜੀ ਅਤੇ ਸਾਹ ਦਮੇ ਦੇ ਰੋਗਾਂ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ਬਾਰੇ ਆਖਿਆ ਜਾਂਦਾ ਹੈ ਕਿ ਇਸ ਦੇ ਪੱਤਿਆਂ ਨੂੰ ਕਿਤਾਬਾਂ ਅਤੇ ਕੱਪੜਿਆਂ ਵਿੱਚ ਰੱਖਣ 'ਤੇ ਉਹਨਾਂ ਨੂੰ ਕੀੜਾ ਨਹੀਂ ਲੱਗਦਾ। ਫੇਫੜਿਆਂ ਲਈ ਇਹ ਬਹੁਤ ਹੀ ਫਾਇਦੇਮੰਦ ਹੈ। ਇਸ ਦੇ ਪੱਤਿਆਂ ਦਾ ਕਾੜਾ ਪੀਣ ਨਾਲ ਸਾਹ ਅਤੇ ਦਮੇ ਦੇ ਸਾਰੇ ਰੋਗ ਠੀਕ ਹੋ ਜਾਂਦੇ ਹਨ। ਇਸ ਨੂੰ ਅਸੀਂ ਬਾਲ ਦੇ ਤੌਰ 'ਤੇ ਜਾਂ ਫਿਰ ਸਜਾਵਟੀ ਪੌਦੇ ਦੇ ਤੌਰ 'ਤੇ ਲਗਾ ਸਕਦੇ ਹਾਂ ਕਿਉਂਕਿ ਇਸ ਦੇ ਗੁੱਛਿਆਂ ਵਿੱਚ ਚਿੱਟੇ ਫੁੱਲ ਆਉਂਦੇ ਹਨ। ਇਸ ਦੀ ਕਲਮ ਬੜੀ ਆਸਾਨੀ ਨਾਲ ਹਰੀ ਹੋ ਜਾਂਦੀ ਹੈ। ਇਸ ਨੂੰ ਅਸੀਂ ਧਾਰਮਿਕ ਸਥਾਨਾਂ 'ਤੇ ਜਾਂ ਫਿਰ ਪਾਰਕਾਂ ਵਿੱਚ ਲਗਾ ਸਕਦੇ ਹਾਂ। ਇਸ ਦੇ ਗੁਣਾਂ ਨੂੰ ਦੇਖਦੇ ਹੋਏ ਇਸ ਨੂੰ ਵੱਧ ਤੋਂ ਵੱਧ ਲਗਾਉਣਾ ਚਾਹੀਦਾ ਹੈ, ਪਰ ਇਸ ਦੇ ਪੱਤਿਆਂ ਦੀ ਵਰਤੋਂ ਕਿਸੇ ਜਾਣਕਾਰ ਵੈਦ ਦੀ ਨਿਗਰਾਨੀ ਹੇਠ ਹੀ ਕਰਨੀ ਚਾਹੀਦੀ ਹੈ ਕਿਉਂਕਿ ਘੱਟ ਜਾਂ ਜ਼ਿਆਦਾ ਮਾਤਰਾ ਨਾਲ ਨੁਕਸਾਨ ਹੋ ਸਕਦਾ ਹੈ। ਛੋਟੇ ਕੱਦ ਵਾਲੇ ਸਜਾਵਟੀ ਫੁੱਲਦਾਰ ਪੌਦਿਆਂ ਵਿੱਚ ਅਗਲਾ ਪੌਦਾ ਹੈ ਗੁੜਹਲ। ਇਸ ਨੂੰ ਹਿਬਿਸਕਸ ਜਾਂ ਫਿਰ ਚੀਨੀ ਗੁਲਾਬ ਵੀ ਕਹਿੰਦੇ ਹਨ। ਇਹ ਬਹੁਤ ਹੀ ਸਖ਼ਤ ਜਾਨ ਅਤੇ ਬੜੀ ਆਸਾਨੀ ਨਾਲ ਹੋਣ ਵਾਲਾ ਫੁੱਲਦਾਰ ਪੌਦਾ ਹੈ। ਇਸ ਨੂੰ ਅਸੀਂ ਸਜਾਵਟੀ ਪੌਦੇ ਦੇ ਰੂਪ ਵਿੱਚ ਹਰ ਥਾਂ, ਘਰਾਂ, ਪਾਰਕਾਂ, ਸਕੂਲਾਂ, ਮੰਦਰਾਂ ਵਿੱਚ ਲਗਾ ਸਕਦੇ ਹਾਂ। ਇਸ ਦੇ ਬਹੁਤ ਸਾਰੇ ਰੰਗਾਂ ਦੇ ਫੁੱਲ ਆਉਂਦੇ ਹਨ। ਹਾਈਬ੍ਰਿਡ ਕਿਸਮਾਂ ਦੇ 2 ਰੰਗੇ ਫੁੱਲ ਵੀ ਆਉਂਦੇ ਹਨ। ਇਹ ਸਾਰਾ ਸਾਲ ਹਰਾ ਰਹਿੰਦਾ ਹੈ ਅਤੇ ਇਸ ਦਾ ਕੱਦ 5 ਤੋਂ 10 ਫੁੱਟ ਤੱਕ ਹੋ ਜਾਂਦਾ ਹੈ। ਇਸ ਦੇ ਪੱਤੇ ਤੂਤ ਦੇ ਪੱਤਿਆਂ ਨਾਲ ਕਾਫ਼ੀ ਮਿਲਦੇ ਜੁਲਦੇ ਹਨ ਪਰ ਉਹਨਾਂ ਨਾਲੋਂ ਜ਼ਿਆਦਾ ਹਰੇ ਅਤੇ ਚੀਕਣੇ ਹੁੰਦੇ ਹਨ। ਇਸ ਦੇ ਫੁੱਲਾਂ ਵਿੱਚ ਬਹੁਤ ਸਾਰੇ ਆਯੁਰਵੈਦਿਕ ਗੁਣ ਹੁੰਦੇ ਹਨ। ਇਸ ਦੇ ਫੁੱਲਾਂ ਦੀ ਵਰਤੋਂ ਦਵਾਈਆਂ ਵਿੱਚ ਕੀਤੀ ਜਾਂਦੀ ਹੈ। ਇਸ ਦੇ ਫੁੱਲਾਂ ਵਿੱਚ ਕਾਫ਼ੀ ਤੱਤ ਹੁੰਦੇ ਹਨ ਜਿਨ੍ਹਾਂ ਵਿੱਚ ਫਾਸਫੋਰਸ, ਲੋਹਾ ਅਤੇ ਹੋਰ ਕਾਫ਼ੀ ਵਿਟਾਮਿਨ ਮਿਲਦੇ ਹਨ। ਇਸ ਦੇ ਪੱਤਿਆਂ ਵਿੱਚ ਕੈਰੋਟੀਨ ਨਾਂ ਦਾ ਤੱਤ ਪਾਇਆ ਜਾਂਦਾ ਹੈ। ਇਹ ਦਿਲ, ਫੇਫੜੇ ਅਤੇ ਗੁਰਦਿਆਂ ਨੂੰ ਤੰਦਰੁਸਤ ਕਰਦਾ ਹੈ। ਇਸ ਦੇ ਫੁੱਲਾਂ ਨੂੰ ਪਿਸ਼ਾਬ ਦੀ ਜਲ ਨੂੰ ਮਿਟਾਉਣ ਵਾਲੇ, ਪੱਥਰੀ ਖੋਰਨ ਵਾਲੇ, ਦਿਲ ਅਤੇ ਦਿਮਾਗ ਦੀ ਕਮਜ਼ੋਰੀ ਨੂੰ ਦੂਰ ਕਰਨ ਵਾਲੇ ਅਤੇ ਕਫ ਅਤੇ ਬਾਤ ਦੇ ਰੋਗਾਂ ਨੂੰ ਠੀਕ ਕਰਨ ਵਾਲੇ ਮੰਨਿਆ ਜਾਂਦਾ ਹੈ। ਇਸ ਤੋਂ ਵਾਲਾਂ ਦੀ ਤੰਦਰੁਸਤੀ ਲਈ ਤੇਲ ਵੀ ਬਣਾਇਆ ਜਾਂਦਾ ਹੈ ਅਤੇ ਇਹ ਤੇਲ ਬਾਜ਼ਾਰ ਤੋਂ ਬਣਿਆ ਬਣਾਇਆ ਵੀ ਮਿਲ ਜਾਂਦਾ ਹੈ। ਇਸ ਦੀ ਤਾਸੀਰ ਠੰਡੀ ਅਤੇ ਖੁਸ਼ਕ ਹੁੰਦੀ ਹੈ। ਬਾਜ਼ਾਰ ਵਿੱਚ ਇਸ ਦੇ ਪੱਤਿਆਂ ਅਤੇ ਫੁੱਲਾਂ ਦਾ ਚੂਰਨ ਵੀ ਮਿਲ ਜਾਂਦਾ ਹੈ ਜਿਸ ਦੀ ਵਰਤੋਂ ਉਬਾਲ ਕੇ ਚਾਹ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਇਸ ਗੁਣਕਾਰੀ ਪੌਦੇ ਨੂੰ ਵੀ ਅਸੀਂ ਬੜੀ ਆਸਾਨੀ ਨਾਲ ਕਲਮ ਤੋਂ ਉਗਾ ਸਕਦੇ ਹਾਂ, ਸੋ ਇਸ ਨੂੰ ਵੀ ਵੱਧ ਤੋਂ ਵੱਧ ਲਗਾਉਣਾ ਚਾਹੀਦਾ ਹੈ। ਚਾਂਦਨੀ ਨੂੰ ਕ੍ਰੇਪ ਜੈਸਮਿਨ ਵੀ ਕਹਿੰਦੇ ਹਨ। ਇਹ ਇੱਕ ਝਾੜੀਨੁਮਾ ਛੋਟੇ ਕੱਦ ਵਾਲਾ ਫੁੱਲਦਾਰ ਪੌਦਾ ਹੈ। ਇਸ ਦੇ ਗੁੱਛਿਆਂ ਵਿੱਚ ਫੁੱਲ ਆਉਂਦੇ ਹਨ। ਇਹ ਬਹੁਤ ਹੀ ਘੱਟ ਪਾਣੀ ਅਤੇ ਘੱਟ ਸਾਂਭ ਸੰਭਾਲ ਨਾਲ ਛੇਤੀ ਤਿਆਰ ਹੋਣ ਵਾਲਾ ਪੌਦਾ ਹੈ। ਇਸ ਦੀਆਂ ਕਈ ਕਿਸਮਾਂ ਹਨ ਜਿਵੇਂ ਸਿੰਗਲ ਚਾਂਦਨੀ ਅਤੇ ਡਬਲ ਚਾਂਦਨੀ। ਇਹਨਾਂ ਦੋਵਾਂ ਦੇ ਪੱਤਿਆਂ ਅਤੇ ਫੁੱਲਾਂ ਦੀ ਬਣਤਰ ਵਿੱਚ ਕਾਫ਼ੀ ਅੰਤਰ ਹੁੰਦਾ ਹੈ। ਦੋਵਾਂ ਦੇ ਪੌਦਿਆਂ ਦਾ ਆਕਾਰ ਇੱਕੋ ਜਿਹਾ ਹੁੰਦਾ ਹੈ। ਇਹਨਾਂ ਦੀ ਹਰ ਸਾਲ ਕਟਿੰਗ ਕਰਨ ਨਾਲ ਪੌਦਾ ਸੰਘਣਾ ਰਹਿੰਦਾ ਹੈ ਅਤੇ ਫੁੱਲ ਵੀ ਜ਼ਿਆਦਾ ਆਉਂਦੇ ਹਨ। ਇਸ ਲਈ ਕਟਿੰਗ ਜ਼ਰੂਰ ਕਰਨੀ ਚਾਹੀਦੀ ਹੈ। ਗਮਲੇ ਅਤੇ ਜ਼ਮੀਨ ਵਿੱਚ ਇਸ ਨੂੰ ਦੋਵਾਂ ਥਾਵਾਂ 'ਤੇ ਲਗਾ ਸਕਦੇ ਹਾਂ। ਇਸ ਦੇ ਨਵੇਂ ਪੌਦੇ ਅਸੀਂ ਕਲਮਾਂ ਤੋਂ ਬੜੀ ਆਸਾਨੀ ਨਾਲ ਤਿਆਰ ਕਰ ਸਕਦੇ ਹਾਂ। ਪੌਦਾ ਹੈ ਹਾਰ ਸ਼ਿੰਗਾਰ। ਇਸ ਨੂੰ ਹੋਰ ਵੀ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਜਿਵੇਂ ਪਾਰੀਜਾਤ, ਰਾਤ ਰਾਣੀ ਜਾਂ ਨਾਈਟ ਜੈਸਮਿਨ। ਇਸ ਨੂੰ ਵੱਖ ਵੱਖ ਇਲਾਕੇ ਵਿੱਚ ਵੱਖ ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਹ ਇੱਕ ਬਹੁਤ ਹੀ ਘੱਟ ਸਾਂਭ ਸੰਭਾਲ ਨਾਲ ਛੇਤੀ ਤਿਆਰ ਹੋਣ ਵਾਲਾ ਬਹੁਤ ਖੁਸ਼ਬੂਦਾਰ ਫੁੱਲਾਂ ਵਾਲਾ ਗੁਣਕਾਰੀ ਪੌਦਾ ਹੈ। ਇਸ ਨੂੰ ਅਸੀਂ ਬੜੀ ਆਸਾਨੀ ਨਾਲ ਬੀਜ ਅਤੇ ਕਲਮ ਤੋਂ ਉਗਾ ਸਕਦੇ ਹਾਂ। ਜ਼ਮੀਨ ਵਿੱਚ ਲਗਾਉਣ 'ਤੇ ਇਹ 10 ਤੋਂ 15 ਫੁੱਟ ਤੱਕ ਕੱਦ ਕਰ ਲੈਂਦਾ ਹੈ ਅਤੇ ਗਮਲੇ ਵਿੱਚ ਇਸ ਦੀ ਕਾਂਡ ਛਾਂਡ ਕਰਕੇ ਇਸ ਦਾ ਆਕਾਰ ਛੋਟਾ ਰੱਖਿਆ ਜਾ ਸਕਦਾ ਹੈ। ਜੇਕਰ ਘਰ ਵਿੱਚ ਪੌਦੇ ਲਗਾਉਣ ਲਈ ਜ਼ਿਆਦਾ ਥਾਂ ਨਹੀਂ ਹੈ ਤਾਂ ਅਸੀਂ ਗਮਲੇ ਵਿੱਚ ਇਸ ਨੂੰ ਬੜੀ ਆਸਾਨੀ ਨਾਲ ਲਗਾ ਸਕਦੇ ਹਾਂ ਅਤੇ ਇਸ ਤੋਂ ਖੁਸ਼ਬੂਦਾਰ ਫੁੱਲ ਲੈ ਸਕਦੇ ਪਹਿਚਾਨਿਆ ਜਾ ਸਕਦਾ ਹੈ। ਇਸ ਦੇ ਫੁੱਲ ਸਰਦੀਆਂ ਦੇ ਮੌਸਮ ਵਿੱਚ ਆਉਂਦੇ ਹਨ ਅਤੇ ਫੁੱਲਾਂ ਦਾ ਆਕਾਰ ਕਾਫ਼ੀ ਹੱਦ ਤੱਕ ਚਾਂਦਨੀ ਦੇ ਫੁੱਲਾਂ ਨਾਲ ਮਿਲਦਾ ਜੁਲਦਾ ਹੈ, ਪਰ ਚਾਂਦਨੀ ਦੇ ਫੁੱਲਾਂ ਦੀ ਡੰਡੀ ਹਰੀ ਹੁੰਦੀ ਹੈ ਅਤੇ ਇਸ ਦੇ ਫੁੱਲ ਦੀ ਡੰਡੀ ਦਾ ਰੰਗ ਸੰਤਰੀ ਹੁੰਦਾ ਹੈ ਅਤੇ ਖੁਸ਼ਬੂ ਨਾਲ ਭਰੇ ਹੁੰਦੇ ਹਨ। ਹਾਰ ਸ਼ਿੰਗਾਰ ਦੇ ਫੁੱਲ ਰਾਤ ਨੂੰ ਲੱਗਦੇ ਹਨ ਅਤੇ ਸਵੇਰ ਹੋਣ 'ਤੇ ਸਾਰੇ ਚਾਦਰ ਵਾਂਗ ਧਰਤੀ 'ਤੇ ਵਿਛ ਜਾਂਦੇ ਹਨ। ਇਹ ਇੱਕ ਅਜਿਹਾ ਫੁੱਲ ਹੈ ਜਿਸ ਦੀ ਵਰਤੋਂ ਧਰਤੀ 'ਤੇ ਡਿੱਗਣ ਤੋਂ ਬਾਅਦ ਵੀ ਪੂਜਾ ਲਈ ਕੀਤੀ ਜਾਂਦੀ ਹੈ। ਹਾਰ ਸ਼ਿੰਗਾਰ ਦੇ ਫੁੱਲਾਂ ਦੀ ਵਰਤੋਂ ਕੁਦਰਤੀ ਰੰਗ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਇਸ ਦੇ ਪੱਤਿਆਂ ਅਤੇ ਫੁੱਲਾਂ ਦੀ ਵਰਤੋਂ ਕਾਫ਼ੀ ਰੋਗਾਂ ਵਿੱਚ ਕੀਤੀ ਜਾਂਦੀ ਹੈ, ਪਰ ਕਿਸੇ ਵੀ ਗੰਭੀਰ ਬਿਮਾਰੀ ਵਿੱਚ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਕਿਸੇ ਯੋਗ ਡਾਕਟਰ ਦੀ ਸਲਾਹ ਜ਼ਰੂਰ ਲਓ।
इस दे पत्ते गूढ़े हरे रंग दे अते काफ़ी खुरदरे हुंदे हन। हथ लगाउण ते इसका खुरदरापन बड़ी आसानी नाल महसूस किया जा सकता है। इन्हां विच एंटीवायरल, एंटी फंगल, एंटी ऑक्सीडेंट अते एंटी इनफ्लामेंटरी गुण हुंदे हन, जिन्हां दी वरतों पुरानियां अते नवीआं जोड़ां दीआं तकलीफां विच कीती जांदी है, जिवें गठिया, रिंगण वा सोज, आर्थराइटस अते जोड़ां दीआं हर तरह दीआं तकलीफां। इस दे पांच तो छे पत्तियां नूं बरीक कुतर के जां चटनी बना के उन्हां नूं एक गिलास पानी विच उबाल के रात भर ठंडा होने लई रख दिओ अते सवेरे खाली पेट पीण नाल चार पांच दिनां विच इन्हां तकलीफां तों आराम आउण लगदा है। इन्हां दी वरतों वध तों वध 15 दिन ही करो, ज़्यादा लंबा समा वरतण नाल नुकसान करदी है। सर्दियां दे मौसम दे अखीर विच इस दे हरे रंग दे फल लगदे हन जो पक के भूरे खाखी रंग दे हो जांदे हन अते अप्रैल मई विच इसका बीज पक के तैयार हो जाता है। बीज बहुत ही नरम, चपटा, नौ दे आकार दा हुंदा है अते बड़ी सावधानी नाल कढ़णा पैंदा है। इसकी उगण शक्ति बहुत ज़्यादा हुंदी है तो बड़ी आसानी नाल उग पैंदा है। जेकर तुहाडे नेड़े कितें इसका पौधा लग्या है तां तुसीं अप्रैल मई विच इसका बीज भी उस तों इकट्ठा कर सकदे हो। अनार दा पौधा फलदार पौद्यां दी श्रेणी विच आउंदा है, पर इस नूं असीं सजावटी पौधे दे तौर ते भी लगा सकते हाँ, क्योंकि यह छोटे कद वाले पौद्यां विच आउंदा है अते इस दे बहुत सुंदर फुल लगते हैं। यह सजावट दे नाल नाल सानूं बहुत ही कीमती फल भी दिंदा है। यह पौधा हर थां ते उगाया जा सकता है। यह एक सख्त जान पौधा है, बहुत ही घट सांभ संभाल अते घट पानी नाल छेती तैयार हुंदा है। यह 20 फुट तक कद कर लैंदा है। इस दे पत्ते उंगल जिन्ने लंबे अते पतले हुंदे हन अते नारंगी रंग दे फुल लगते हैं। फल हरे, पीले किस्मां दे हिसाब नाल अड अड रंगां दे हुंदे हन अते फल विच दाने भी चिट्टे, लाल जां गुलाबी अड अड किस्मां दे हिसाब नाल हुंदे हन। उत्तर भारत विच होण वाले अनार ज़्यादा रसीले हुंदे हन। फलां दा स्वाद भी किस्मां दे हिसाब नाल खट्टा, मिठा जां खट मिठा हो सकदा है। यह बीमारां लई बहुत गुणकारी फल है। आम कहावत भी है कि एक अनार 100 बीमार, सो इस नूं भी असीं वध तों वध लगा सकते हाँ, क्योंकि इस दीआं कई किस्मां दे कंडे हुंदे हन जिन्हां दा आवारा पशु नुकसान नहीं करदे। उस नूं असीं खुल्ले विच सजावटी पौधे दे तौर ते लगा सकते हाँ। इस दे अगे पौद्यां दा वाधा बीज तों अते कलम तों बड़ी आसानी नाल कीता जा सकदा है। छोटे कद वाले सजावटी पौद्यां विच अगला पौधा है कनेर जां ओलीएंडर। यह हर थां मिलण वाला पौधा है जिस दा वड्डा कारण यह है कि बहुत ही सख्त जान अते बहुत घट पानी अते माड़े तो माड़े हालातों विच भी हरिया भरा रहन वाला पौधा है। यह ज़्यादा गर्मी, ठंड, हर तरह के मौसम विच हरिया भरा रहिंदा है। इसनू पूजा दे फुलां लई मंदरां पार्कां विच आम ही उगाया जाता है। कहिंदे हन कि जापान दे शहर विच परमाणु बंबां दे नुकसान तो बाद यही पौधा सी जो सब तो पहलां हरा होया सी। इस दीआं देसी किस्मां 10 तों 15 फुट तक वध जांदियां हन अते सोधियां होईयां किस्मां दा कद 3 तों 6 फुट तक रहिंदा है। सोधियां हुईयां किस्मां विच काफ़ी रंगां दे फुल मिलते हैं, जिवें सफेद, पीले, गुलाबी, लाल। सोधियां हुईयां किस्मां दे फुल छोटे अते गुच्छियां विच आउंदे हन अते देसी किस्मां दे फुल गुलाब दे फुलां दे आकार दे हुंदे हन जो गुच्छियां विच आउंदे हन। इस दे पत्तियां दी वरतों त्यौहारां दे मौके घरां दे दरवाज़ियां नूं सजाउण लई कीती जांदी है। इस बारे कहिंदे हन कि इह पौधा जहरीला है, पर दोस्तो कुदरत ने जो भी बनस्पति बनाई है उस विच होर भी बहुत सारे इहो जिहे पौधे हन जो जहरीले हन, जिवें अक्त, धूरा हो गया। इन्हां दी जे आपां सही तरीके नाल वरतों करांगे तां इह नुकसान नहीं करदे ते कोई भी इह पौधा जिहड़ा सिद्धी इंसान दी जान नहीं लैंदा है। उह माड़ा मोटा नुकसान होर भी बहुत चीज़ां दा हुंदा। इस दे गुणां नूं मुख रखदे होए इस नूं लगाउणा चाहीदा है, क्योंकि इस दी वरतों चमड़ी दे कई रोगां विच भी कीती जांदी है, जिवें कि कोढ़ हो गया जां होर पेट दे कीड़ियां ते बुखार विच इस दी वरतों कीती जांदी है। इस तों इलावा इस दी वरतों जैविक कीटनाशक बनाउण विच भी कीती जांदी है। यह बहुत ही सख्त जान पौधा है, इस नूं असीं बड़ी आसानी नाल कलम तों उगा सकते हाँ। जरूल नूं सावली अते प्राइड ऑफ इंडिया दे नां नाल भी जाणिया जांदा है। यह एक सजावटी सदाबहार फुल्लां वाला पौधा है। इस दे अप्रैल तों नवंबर तक फुल आउंदे हन। इस दे फुल चिट्टे, गुलाबी, लाल अते होर कई रंगां दे हुंदे हन। देसी अते हाइब्रिड दोवें किस्मां दा यह मिल जांदा है। ਹਾਈਬ੍ਰਿਡ ਕਿਸਮਾਂ ਗਮਲੇ ਵਿੱਚ ਲਗਾਉਣ ਲਈ ਵਧੀਆ ਹਨ ਅਤੇ ਦੇਸੀ ਕਿਸਮਾਂ ਨੂੰ ਅਸੀਂ ਜ਼ਮੀਨ ਵਿੱਚ ਲਗਾ ਸਕਦੇ ਹਾਂ। ਦੇਸੀ ਕਿਸਮਾਂ ਦੇ ਪੌਦੇ ਕਾਫ਼ੀ ਉੱਚੇ ਹੋ ਜਾਂਦੇ ਹਨ, ਇਸ ਲਈ ਇਹਨਾਂ ਨੂੰ ਅਸੀਂ ਕਟਿੰਗ ਕਰਕੇ ਛੋਟੇ ਆਕਾਰ ਦਾ ਰੱਖ ਸਕਦੇ ਹਾਂ। ਜ਼ਰੂਰ ਇੱਕ ਬਹੁਤ ਹੀ ਸਖ਼ਤ ਜਾਨ ਪੌਦਾ ਹੈ, ਇਸ ਨੂੰ ਜਿੰਨੀ ਤੇਜ਼ ਧੁੱਪ ਮਿਲਦੀ ਹੈ ਉਨੇ ਹੀ ਜ਼ਿਆਦਾ ਫੁੱਲ ਆਉਂਦੇ ਹਨ।
इस नूं असी किसी भी नर्सरी तो प्राइड ऑफ इंडिया नाम लैके मंग सकते हाँ अते जां फिर घरे खुद भी जेकर अपने नेड़े तेड़े किते इसका पौधा लग्या होया है तो उस तो कलम लिया के घर आसानी नाल पौधा तैयार कर सकते हाँ। बीज तो भी यह बड़ी आसानी नाल अगे नवे पौधे तैयार हो जाते हैं। छोटे कद वाले सजावटी पौद्यां विच अगला पौधा है गुलाब, इस नूं रोज़ भी कहिंदे हन। यह एक छोटे कद वाला झाड़ी नुमा फुलदार पौधा है जिस दे बहुत ही सोहणे अते सुगंधी वाले फुल लगते हैं। यह लगभग सारे रंगों का मिल जाता है। रंगों के आधार पर इस दियां 100 तो ज़्यादा किस्मां हन, इसलिए इस नूं फुलां दा राजा भी कहा जाता है। इत्थों तक कि अजकल काले रंग का गुलाब भी मिलता है। इस दे हाइब्रिड किस्मां विच दो रंगों वाले फुल भी मिलते हैं। इस दे पौधे का कद 3 से 6 फुट तक हो जाता है। देसी पौधे का कद ज़्यादा होता है, हाइब्रिड पौद्या का कद घट होता है। इस दे फुलां दी बहुत थावां ते वरतों की जाती है। इस दे फुलां तो गुलकंद, सेंट, गुलाब जल ते होर बहुत सारिया सुगंधी वालिया वस्तां तैयार कीतियां जांदियां हन। इस दे फुलां दी इन्नी मंग करके इस दी वड्डे पद्धर ते खेती भी की जाती है। फुलां दी वरतों आयुर्वेद विच भी बहुत सारिया दवाइयां विच की जाती है। इस दे ताज़े फुलां नूं खाण नाल कब्ज़ की बीमारी ठीक हुंदी है। फुलां नूं सुका के उसकी वरतों करन नाल दस्तां विच आराम मिलता है। एक बहुत ही सख्त जान कंडियां वाला पौधा होने करके असी इस नूं खुले विच किते भी लगा सकते हाँ। इसका आवारा पशु बहुत घट नुकसान करते हैं। इस नूं घरेलू बगीची विच जां फिर पार्कां विच जरूर लगाना चाहिए है। अजकल इस दियां बेल वालियां किस्मां दी भी खोज हो चुकी है जिस नूं असी वेल वांग लगा सकते हाँ। इस नूं लगाना भी बहुत आसान है। इस नूं असी कलम तो बड़ी आसानी नाल अगे पौद्यां दा वाधा कर सकते हाँ। टकोमा बहुत ही घट सांभ संभाल अते घट पानी नाल छेती तैयार होने वाला फुलदार पौधा है। यह दरम्याने कद वाले पौद्यां दी श्रेणी विच आउंदा है। इस नूं असी किते भी सजावटी रुख दे तौर ते लगा सकते हाँ क्योंकि आवारा पशु इसका बहुत घट नुकसान करते हैं। इस दियां कई किस्मां अड अड किस्मां दे पीले, संतरी अते गुलाबी रंग दे फुल आउंदे हन। पीले फुलां वाली किस्म ज़्यादा पाई जाती है। इस नूं बहुत ज़्यादा गिनती विच अते गुच्छियां विच फुल आउंदे हन। इस पौधे नूं असीं पार्कां, सड़कां किनारे अते तंग थावां ते लगा सकते हाँ। वैसे तो यह काफ़ी उच्चा वाधा है पर इस नूं हर साल कटिंग करके इसका कद छोटा रखा जा सकता है। कटिंग करन नाल इह पौधा संघना रहिंदा है ते फुल भी ज़्यादा आउंदे हन। इस नूं असीं बिजली दियां तारां हेठ भी लगा सकते हाँ। यह एक बहुत सख्त जान पौधा है जो पानी की घाट अते ज़्यादा गर्मी विच बहुत वधिया वाधा फुलदा है पर ज़्यादा ठंड अते कोहरा इसका नुकसान करदे हन। ज़्यादा कोहरा पैण ते इस दियां नरम करुंबलां सुक जांदियां हन। इस दे पौधे आसानी नाल किसी भी नर्सरी तो खरीदे जा सकते हैं जां फिर इस दा बीज इकट्ठा करके खुद भी इस दे पौधे असी तैयार कर सकते हैं। यह सन 12 बहुत ही घट सांभ संभाल अते घट पानी नाल छेती तैयार होने वाले सजावटी पौधे जिन्हां नूं असी अपनी लोड़ अनुसार लगा सकते हाँ। सजावटी पौधे होर भी बहुत सारे हैं पर यह सारे बहुत ही नामात्र सांभ संभाल नाल छेती वधन वाले हैं क्योंकि अजकल टाइम बहुत घट है अते कोई भी ज़्यादा लम्मा टाइम पौद्यां दी सांभ संभाल नहीं करता। एक बारी पौधे लगाउण तो बाद वह अक्सर सांभ संभाल तो बिना सुक जांदे हन। इसलिए सानू अजिहे पौद्यां दी चोण करनी चाहीदी है जो बहुत ही घट सांभ संभाल नाल छेती वधण वाले होण। इन्हां सारे पौद्यां विच इह गुण मौजूद हन। असीं इन्हां नूं बीज कलम तो घरे भी आसानी नाल तैयार कर सकते हाँ। जेकर इह जानकारी वधिया लगे तां वीडियो नूं लाइक करो ते अग्गे जरूर शेयर करो तां जो इह जानकारी किसे होर दे काम आ जावे। ਇਸੇ ਤਰ੍ਹਾਂ ਹਰ ਤਰ੍ਹਾਂ ਦੇ ਰੁੱਖ ਬੂਟਿਆਂ ਦੀ ਜਾਣਕਾਰੀ ਲਈ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਰੁੱਖ ਲਗਾਓ। ਧੰਨਵਾਦ।